ਤਰਨ ਤਾਰਨ ਚ ਦੇਰ ਸ਼ਾਮ ਪਲਾਟਾਂ ਨੂੰ ਜਾਂਦੀ ਗਲੀ ਨੂੰ ਲੈ ਕੇ ਕਲੋਨੀ ਕਾਰ ਅਤੇ ਪੈਟਰੋਲ ਪੰਪ ਮਾਲਕ ਵਿੱਚ ਹੋਈ ਤਕਰਾਰ। ਪੁਲਿਸ ਦੀ ਹਾਜ਼ਰੀ ਵਿੱਚ ਕਲੋਨੀ ਕਾਰ ਧੀਰ ਵੱਲੋਂ ਗੋਲੀ ਮਾਰ ਕੇ ਪੈਟਰੋਲ ਪੰਪ ਮਾਲਕ ਦੇ ਪੁੱਤਰ ਦੀ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਿੱਚ ਬਚਾਅ ਦੀ ਕੋਸ਼ਿਸ਼ ਕੀਤੀ ਤਾਂ ਉਸ ਨਾਲ ਵੀ ਧੱਕਾ ਮੁੱਕੀ ਹੋਈ ਅਤੇ ਧੱਕਾ ਮੁੱਕੀ ਵਿੱਚ ਪਾਸੀ ਧੀਰ ਦੇ ਕਿਸੇ ਵਿਅਕਤੀ ਨੇ ਪਰਮਜੀਤ ਸ਼ਰਮਾ ਦੇ ਜਵਾਨ ਪੁੱਤਰ ਮਨਦੀਪ ਸ਼ਰਮਾ ਉਰਫ ਮੰਨੂ ਸ਼ਰਮਾ ਦੇ ਪੇਟ ਵਿੱਚ ਗੋਲੀ ਮਾਰ ਦਿੱਤੀ ਜਿੱਥੇ ਉਸ ਦੀ ਮੌਤ ਹੋ ਗਈ। ਤੁਸੀਂ ਵੀ ਦੇਖੋ ਤਰਨ ਤਾਰਨ ਤੋਂ ਰਿੰਪਲ ਗੋਲਨ ਦੀ ਵਿਸ਼ੇਸ਼ ਰਿਪੋਰਟ। ਹਾਂਜੀ ਬਟਵਾ ਸਾਹਿਬ, ਜਿਹੜੀ ਇਹ ਘਟਨਾ ਹੋਈ ਹੈ ਕੀ ਕਹਿਣਾ ਚਾਹੁੰਦੇ ਹੋ? ਬਹੁਤ ਹੀ ਮੰਦਭਾਗੀ ਘਟਨਾ ਹੈ, ਅੱਤ ਦੁਖਦਾਈ ਘਟਨਾ ਹੈ। ਛੋਟੀ ਜਿਹੀ ਗੱਲ ਨੂੰ ਲੈ ਕੇ ਨਿੱਕੇ ਨਿੱਕੇ ਮਸਲੇ ਪੈਦਾ ਵੀ ਹੁੰਦੇ ਰਹਿੰਦੇ ਨੇ ਸਮਾਜ 'ਚ, ਪਰ ਜਿਸ ਤਰ੍ਹਾਂ ਦਾ ਕਾਰਾ ਇਹ ਵਾਪਰਿਆ ਹੈ, ਇਕੱਲਾ ਮਾਪਿਆਂ ਦੇ ਹੋਣਹਾਰ ਨਹੀਂ ਸੀ, ਇਕੱਲੇ ਕਸਬੇ ਖਾਲੜੇ ਦੇ ਲੋਕਾਂ ਦੀ ਪਸੰਦ ਨਹੀਂ ਸੀ। ਜਿਸ ਕਿਸੇ ਨਾਲ ਵੀ ਉਹਦਾ ਵਾਹ ਪਿਆ ਹੈ ਉਹਦਾ ਕਾਇਲ ਹੋ ਗਿਆ। ਇਹੋ ਜਿਹਾ ਨੌਜਵਾਨ ਸੀ ਮਨਦੀਪ ਮੰਨੂ, ਔਰ ਅੱਜ ਲੱਕ ਤੋੜ ਕੇ ਸੁੱਟ ਗਿਆ ਸਾਰਿਆਂ ਦਾ ਹੀ, ਮਾਪਿਆਂ ਦਾ ਵੀ, ਔਰ ਸ਼੍ਰੋਮਣੀ ਅਕਾਲੀ ਦਲ ਨੂੰ ਉਹਦੇ ਉੱਤੇ ਬਹੁਤ ਵੱਡਾ ਮਾਣ ਸੀ। ਔਰ ਜਿਹੜਾ ਇਹ ਜਿਸ ਤਰ੍ਹਾਂ ਇਹ ਉਹਨੂੰ ਕਤਲ ਕੀਤਾ ਗਿਆ ਹੈ, ਇਹਦੀ ਜਿੰਨੀ ਵੀ ਨਿੰਦਾ ਕਰੀਏ ਉਨੀ ਥੋੜ੍ਹੀ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਮਸਲੇ ਪੈਦਾ ਹੁੰਦੇ ਰਹਿੰਦੇ ਨੇ, ਉਹਨਾਂ ਦੇ ਹੱਲ ਹੁੰਦੇ ਨੇ, ਨਜਿੱਠੇ ਜਾਂਦੇ ਨੇ, ਬੈਠ ਕੇ ਗੱਲਬਾਤ ਹੋ ਜਾਂਦੀ ਹੈ, ਪਰ ਜਿਸ ਕਦਰ ਇੱਕ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਘਰ ਹੀ ਤਬਾਹ ਕਰ ਦਿੱਤਾ ਗਿਆ, ਔਰ ਮਨਦੀਪ ਸ਼ਰਮਾ ਜਿਹੜਾ ਕਿ ਅਜੇ ਇੱਕ ਤਰ੍ਹਾਂ ਕਹਿ ਲਈ ਕਿ ਜਵਾਨੀ ਦੇ ਵਿੱਚ ਸੀਗਾ, ਪਰ ਜਵਾਨੀ 'ਚ ਸੀਗਾ, ਉਹਨੂੰ ਕਤਲ ਕਰ ਦਿੱਤਾ ਹੈ। ਬਹੁਤ ਅਤੇ ਕੋਈ ਆਪਸੀ ਝਗੜਾ ਹੈ ਜ਼ਮੀਨੀ ਵਿਵਾਦ ਨੂੰ ਲੈ ਕੇ, ਉਹਦੇ ਵਿੱਚ ਇੱਕ ਨੌਜਵਾਨ ਦੀ ਡੈਥ ਹੋ ਗਈ, ਕੀ ਮਾਮਲਾ ਸਰ ਤੁਹਾਡੇ ਤੋਂ ਦਰਜ? ਹਾਂਜੀ ਹਾਂਜੀ, ਇਹ ਸੀਗੇ ਇਹਨਾਂ ਦਾ ਜੀ, ਉੱਥੇ ਪੈਟਰੋਲ ਪੰਪ ਆ ਖੇਮਕਨ ਰੋਡ ਦੇ ਉੱਤੇ, ਜਿਹੜਾ ਮ੍ਰਿਤਕ ਹੈ ਉਹਦਾ ਨਾਂ ਹੈਗਾ ਮਨਦੀਪ ਸ਼ਰਮਾ, ਪੁੱਤਰ ਪਰਮਜੀਤ ਸ਼ਰਮਾ, ਅਤੇ ਵਾਸੀ ਇਹ ਖਾਲੜਾ ਦੇ ਆ, ਅਤੇ ਇਹਨਾਂ ਦਾ ਪੈਟਰੋਲ ਪੰਪ ਇੱਥੇ ਆ। ਇਹਨਾਂ ਦੇ ਨਾਲ ਹੀ ਜਿਹੜੀ ਆ ਉਹ ਜਿਹੜਾ ਅੰਦਰ ਨੂੰ ਰਸਤਾ ਜਾਂਦਾ ਵਾ, ਉੱਥੇ ਇੱਕ ਜਿਹੜੇ ਭੱਜਣ ਆਪਣੇ ਪਾਛੀ ਸਤਵਿੰਦਰ ਪਾਛੀ ਨੂੰ ਕੱਟ ਰਿਹਾ, ਆਪਣੀ ਕਲੋਨੀ ਕੱਟ ਰਿਹਾ ਸੀ, ਜਿਹੜਾ ਇਹਨਾਂ ਦਾ ਮਤਲਬ ਸੀਗਾ ਕੋਈ ਇਹਨਾਂ ਦਾ ਜ਼ਮੀਨ ਦਾ ਡਿਸਪਿਊਟ ਸੀਗਾ, ਅਤੇ ਇਹਨਾਂ ਦੋਵਾਂ ਧਿਰਾਂ ਦਾ ਆਪਸ ਵਿੱਚ ਜਿਹੜਾ ਉੱਥੇ ਤਕਰਾਰ ਹੋਇਆ, ਜਿਹਦੇ ਵਿੱਚ ਜਿਹੜੇ ਮਨਦੀਪ ਸ਼ਰਮਾ ਦੇ ਜਿਹੜੀ ਆ ਉਹ ਮਤਲਬ ਸੱਜੇ ਪਾਸੇ ਗੋਲੀ ਵੱਜ ਕੇ ਖੱਬੇ ਪਾਸੇ ਨਿਕਲ ਗਈ, ਜਿਹਦੀ ਇੱਥੇ ਹੋਸਪਿਟਲ ਪ੍ਰਾਈਵੇਟ ਹੋਸਪਿਟਲ ਇੱਥੇ ਮੌਤ ਹੋ ਗਈ ਆ। ਉਹਦੇ ਸੰਬੰਧ ਵਿੱਚ ਇਤਲਾਹ ਮਿਲਣ ਦੇ ਉੱਤੇ ਜਿਹੜਾ ਵਾ ਅਸੀਂ ਇੱਥੇ ਆਏ ਹਾਂ, ਅਤੇ ਜਿਹੜਾ ਵੀ ਇਹਦੇ ਜਿਹੜੇ ਵੀ ਇਹਦੇ ਗਾਰਡੀਅਨ ਆ ਜਾਂ ਇਹਦੇ ਫਾਦਰ ਆ ਪਰਮਜੀਤ ਸ਼ਰਮਾ ਜਾਂ ਇਹਨਾਂ ਦਾ ਹੋਰ ਰਿਲੇਟਿਵ ਜਿਹੜਾ ਮੌਕੇ ਦਾ ਗਵਾਹ ਆ, ਜੋ ਵੀ ਉਹ ਬਿਆਨ ਲਿਖਾਉਣਗੇ ਉਹਦੇ ਮੁਤਾਬਕ ਅਸੀਂ ਐਫ ਆਈ ਆਰ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਏਗੀ। ਇੱਕ ਨਾ ਸਰ ਸੁਣਨ ਦੇ ਵਿੱਚ ਆਇਆ ਕਿ ਭਿੱਖੀ ਪਿੰਡ ਦੇ ਥਾਣਾ ਦੇ ASI ਮੌਕੇ 'ਤੇ ਮੌਜੂਦ ਸੀਗੇ, ਕੀ ਗੱਲ ਸਰ? ਉਦੋਂ ਮੌਕੇ 'ਤੇ ਕੋਈ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ? ਹਾਂਜੀ, ਮੌਕੇ 'ਤੇ ਨਹੀਂ, ਇਹ ਕਹਿੰਦਾ ਉਦੋਂ ਨਹੀਂ, ਮਤਲਬ ਸਾਨੂੰ ਫੋਨ ਆਇਆ ਸੀਗਾ ਵੀ ਉੱਥੇ ਜਿਹੜਾ ਵਾ ਇੱਕ ਧਿਰ ਜਿਹੜੀ ਆ ਕੰਧ ਕਰਨ ਡਈ ਆ, ਅਤੇ ਇਹ ਮੌਕੇ 'ਤੇ ਸੜਕ ਪਾਰ ਕਰਕੇ ਕਰਾਉਣ ਜਾ ਹੀ ਰਹੇ ਸੀ, ਅਤੇ ਉਹਨੇ ਕਿਹਾ ਉਹਦੇ ਗੋਲੀ ਲੱਗ ਗਈ ਸੀਗੀ, ਇਸ ਕਰਕੇ ਇਹਨਾਂ ਦੇ ਜਾਂਦੇ ਜਿਹੜਾ ਵਾ ਮੁਲਜ਼ਮ ਜਿਹੜੇ ਮੌਕੇ ਤੋਂ ਫਰਾਰ ਹੋ ਗਿਆ ਸੀ, ਅਤੇ ਇਹ ਇੱਕ 2 ਮਿੰਟ ਲੇਟ ਪਹੁੰਚੇ। ਕਿੰਨੇ ਸਾਰੇ ਮੁਜਰਿਮ ਜਿਹੜੇ ਘਰ ਵਾਲੇ ਨੇ ਇਹ ਹੁਣ ਘਰਦੇ 'ਚ ਕੋਈ ਸਾਨੂੰ ਸਟੇਟਮੈਂਟ ਨਹੀਂ ਦਿੱਤੀ, ਜਦੋਂ ਵੀ ਬਿਆਨ ਲਿਖਾਉਂਦੇ ਆ ਉਹਦੇ ਮੁਤਾਬਕ ਹੀ ਅਸੀਂ ਕਾਰਵਾਈ ਕਰਾਂਗੇ। ਅਸੀਂ ਉਹਨਾਂ ਨੂੰ ਕਿਹਾ ਵਾ ਤੁਸੀਂ ਆਪਣਾ ਜੋ ਵੀ ਸਟੇਟਮੈਂਟ ਲਿਖਾਉਣੀ ਲਿਖਾਓ। ਠੀਕ ਸਰ। ਹਾਂਜੀ ਹਾਂਜੀ।